ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਫੈਸਟ TV ਵਿੱਚ ਤੇ ਲੈ ਕੇ ਹਾਜ਼ਰਾਂ ਜੀ ਪੰਜਾਬ ਸੂਬੇ ਦੀਆਂ ਕੁਝ ਚੋਣਵੀਆਂ ਖਬਰਾਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡਾ ਇੱਕ ਇੱਕ ਲਾਈਕ ਤੇ ਸ਼ੇਅਰ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਸ਼ੁਰੂਆਤ ਕਰਦੇ ਆਂ ਅੱਜ ਦੀ ਵੀਡੀਓ ਦੀ ਤੇ ਵੱਧਦੇ ਆਂ ਪਹਿਲੀ ਵੱਡੀ ਖਬਰ ਵੱਲ ਇੰਤਜ਼ਾਰ ਖਤਮ ਸਰਕਾਰ ਦੇਵੇਗੀ ਪੈਸੇ ਚੈੱਕ ਕਰਦੇ ਰਹੋ ਆਪਣਾ ਅਕਾਊਂਟ ਇਸ ਮਹੀਨੇ ਅਰਥਾਤ ਨਵੰਬਰ ਵਿੱਚ ਬਹੁਤ ਸਾਰੀਆਂ ਅਹਿਮ ਚੀਜ਼ਾਂ ਹੋਣਗੀਆਂ ਇਸ ਮਹੀਨੇ ਬਹੁਤ ਸਾਰੇ ਵਿਸ਼ੇਸ਼ ਤਿਹਾਰ ਹਨ ਤੇ ਉਥੇ ਹੀ ਸਰਕਾਰ ਤੋਂ ਵੀ ਪੈਸਾ ਮਿਲੇਗਾ ਦਰਸਲ ਇਸ ਮਹੀਨੇ ਈਪੀਐਫ ਖਾਤਾਧਾਰਕਾਂ ਨੂੰ ਵਿਆਜ ਦੀ ਰਕਮ ਮਿਲੇਗੀ ਤੁਹਾਨੂੰ ਇੱਥੇ ਦੱਸ ਦੇ ਕਿ ਸਰਕਾਰ ਹਰ ਸਾਲ ਪੀਐਫ ਦੀ ਰਕਮਾਂ ਇਹ ਵਿਆਜ ਅਦਾ ਕਰਦੀ ਹੈ ਤੇ ਇਸ ਦੇ ਤਹਿਤ ਸਰਕਾਰ ਇਸ ਸਾਲ ਵੀ ਵਿਆਜ ਦੇਰੀ ਅਤੇ ਪੀਐਫ ਦੇ ਵਿਆਜ ਦੀ ਮਾਤਰਾ ਵਿੱਤੀ ਸਾਲ 2019 ਅਤੇ 20 ਲਈ ਹੈ ਤੇ ਇਸ ਵਾਰ ਸਰਕਾਰ 8.5% ਦੀ ਨਿਰਧਾਰਤ ਦਰ ਤੇ ਵਿਆਜ ਅਦਾ ਕਰੀ ਹੈ ਤੇ ਹਾਲ ਹੀ ਵਿੱਚ ਸਰਕਾਰ ਦੁਆਰਾ ਕਿਹਾ ਗਿਆ ਸੀ ਕਿ ਇਸ ਸਾਲ ਵਿਆਜ ਦੀਆਂ ਦੋ ਕਿਸਤਾਂ ਵਿੱਚ ਅਦਾ ਕੀਤਾ ਜਾਵੇਗਾ ਸੋ ਦੋਸਤੋ ਅਗਲੀ ਵੱਡੀ ਖਬਰ ਹੈ ਜੀ ਪਾਵਰਕਾਮ ਨੇ ਆਪਣੇ ਦੂਵੇਂ ਥਰਮਲ ਪਲਾਂਟ ਕੀਤੇ ਚਾਲੂ ਪੰਜਾਬ ਰਾਜ ਬਿਜਲੀ ਵਿਭਾਗ ਨੇ ਸੂਬੇ ਦੇ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਕੋਲਾ ਮੁਕਨ ਤੋਂ ਬਾਅਦ ਅੱਜ ਆਪਣੇ ਦੋ ਸਰਕਾਰੀ ਥਰਮਲ ਪਲਾਂਟ ਚਾਲੂ ਕਰ ਦਿੱਤੇ ਹਨ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 5 ਅਤੇ ਲਹਿਰਾ ਮੁਹੱਬਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਚਾਲੂ ਕੀਤਾ ਗਿਆ ਹੈ ਤੇ ਰੂਪੜ ਪਲਾਂਟ ਵਿੱਚ 6.34 ਅਤੇ ਲਹਿਰਾ ਮੁਹੱਬਤ ਪਲਾਂਟ ਵਿੱਚ 4.21 ਦਿਨ ਦਾ ਕੋਲਾ ਪਿਆ ਤੇ ਇਸ ਦੌਰਾਨ ਪਾਵਰਕਮ ਨੇ ਬਿਜਲੀ ਦੀ ਸਪਲਾਈ ਘਟ ਕਰਨ ਪੰਜਾਬ ਵਿੱਚ 4.5 ਤੋਂ 5 ਘੰਟੇ ਦੀ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ ਸੋ ਦੋਸਤੋ ਅਗਲੀ ਵੱਡੀ ਖਬਰ ਹੈ ਜੀ ਦਿੱਲੀ ਜਾ ਕੇ ਨਵਜੋਤ ਸਿੱਧੂ ਦੇ ਉਲਟ ਬੋਲੇ ਕੈਪਟਨ ਸਿੱਧੂ ਦਾ ਹੋਇਆ ਮੂਡ ਖਰਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ਉੱਪਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਿੱਲੀ ਤਾਂ ਪਹੁੰਚੇ ਪਰ ਅਜੇ ਵੀ ਦੋਹਾਂ ਲੀਡਰਾਂ ਦੇ ਸੁਰ ਨਹੀਂ ਮਿਲ ਰਹੇ ਸਿੱਧੂ ਨੇ ਜੰਤਰ ਮੰਤਰ ਤੋਂ ਧਾਰਨੇ ਨੂੰ ਸੰਬੋਧਨ ਕੀਤਾ ਪਰ ਕੈਪਟਨ ਬਨਾਲੋ ਦੂਰੀ ਹੀ ਬਣਾਈ ਰੱਖੀ ਤੇ ਉਧਰ ਕੈਪਟਨ ਨੇ ਵੀ ਨਵਜੋਤ ਸਿੱਧੂ ਦੇ ਧੂਆਂ ਧਾਰ ਪਾਸ਼ਣ ਦੀ ਫੂਕ ਕੱਟ ਦਿੱਤੀ ਦਰਸਲ ਦੋਹਾਂ ਲੀਡਰਾਂ ਨੇ ਆਪਣੇ ਆਪਣੇ ਭਾਸ਼ਣਾਂ ਵਿੱਚ ਬੱਖੋ-ਬੱਖ ਬਿਆਨ ਦਿੱਤੇ ਤੇ ਨਵਜੋਤ ਸਿੱਧੂ ਆਪਣੇ ਭਾਸ਼ਣ ਵਿੱਚ ਜੋ ਵੀ ਬੋਲ ਕੇ ਗਏ ਕੈਪਟਨ ਉਸ ਨੂੰ ਕੱਟਦੇ ਹੋਏ ਨਜ਼ਰ ਆਏ ਤੇ ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਤੋਂ ਪਹਿਲਾਂ ਬੋਲਦਿਆ ਕੇਂਦਰੀ ਸਰਕਾਰਾਂ ਕਨੇਦਰੀ ਕਾਨੂੰਨਾ ਨੂੰ ਕਾਲਾ ਕਾਨੂੰਨ ਦਾਖਦਿਆ ਮੋਦੀ ਸਰਕਾਰ ਦੇ ਤਿੱਖਾ ਹਮਲਾ ਬੋਲਿਆ ਤੇ ਸਿੱਧੂ ਨੇ ਕਿਹਾ ਹੈ ਕਿ ਇਹ ਤਾਨਾਸ਼ਾਹੀ ਸਰਕਾਰ ਹੈ ਤੇ ਇਹ ਕਾਨੂੰਨ ਦੇਖਦੇ ਸਿਰਫ ਦੋ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅੰਬਾਨੀਆ ਤੇ ਅਡਾਨੀ ਦੇ ਗੋਦਾਮਾਂ ਨੂੰ ਭਾਰਨਾ ਕਾਨੂੰਨ ਹੈ ਤੇ ਉਹਦੇ ਉਹਨਾਂ ਦੇ ਗੋਦਾਮ ਪਹਿਲਾਂ ਹੀ ਅਨਾਜ ਨਾਲ ਭਰੇ ਹੋਏ ਹਨ ਤੇ ਗਰੀਬ ਲੋਕ ਭੁੱਖੇ ਮਰਿਆ ਤੇ ਇਹ ਕਾਲਾ ਕਾਨੂੰਨ ਕਿਸਾਨਾਂ ਦੇ ਸਾਹਮਣੇ ਭੁੱਖਮਰੀ ਦਾ ਕਾਰਨ ਬਣੇਗਾ ਤੇ ਨਵਜੂਤ ਸਿੱਧੂ ਨੇ ਮੋਦੀ ਸਰਕਾਰ ਨੂੰ ਬੰਗਾਰ ਦਾ ਐਲਾਨ ਕੀਤਾ ਹੈ ਕਿ ਇਹ ਲੜਾਈ ਜਾਰੀ ਰਹੇਗੀ। ਅਗਲੀ ਵੱਡੀ ਖਬਰ ਹੈ ਜੀ ਦਿੱਲੀ ਵਿੱਚ ਨਵਜੋਤ ਸਿੱਧੂ ਦੀ ਤਮਾਕੇਦਾਰ ਸਮੀਚ ਰੱਜ ਕੇ ਠੋਕੀ ਮੋਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿੱਚ ਮੋਦੀ ਸਰਕਾਰ ਦੇ ਕਾਲੇ ਕਾਨੂੰਨਾ ਖਿਲਾਫ ਧਰਨਾ ਲਗਾਇਆ ਗਿਆ ਤੇ ਜਿਸ ਵਿੱਚ ਬਾਕੀ ਮੰਤਰੀਆਂ ਸਮੇਤ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ ਤੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਧਮਾਕੇਦਾਰ ਸਪੀਚ ਦਿੰਦਿਆਂ ਮੋਦੀ ਸਰਕਾਰ ਨੂੰ ਖੂਬ ਸਨਾਈਆਂ ਤੇ ਮੋਦੀ ਸਰਕਾਰ ਆਪਣੇ ਫੈਸਲਾ ਕਾਰਨ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਕਿਹਾ ਤੇ ਪੰਜਾਬੀਆਂ ਦੇ ਪੱਗ ਨੂੰ ਹੱਥ ਪਾਰੀ ਹੈ ਤੇ ਪਰ ਅਜੀਹਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਹਰ ਸੂਬੇ ਦੇ ਆਪਣੇ ਮਸਲੇ ਹਨ ਤੇ ਜਿਨ੍ਹਾਂ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਸਮੇਤ ਬਾਕੀ ਨੁਮਾਇੰਦਿਆਂ ਦੇ ਚੋਣਾਂ ਕੀਤੀ ਜਾਂਦੇ ਆ ਪਰ ਮੋਦੀ ਸਰਕਾਰ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ ਸਿੱਧੂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਰੇਲਾਂ ਰੋਕੀਆਂ ਜਾ ਰਹੀਆਂ ਹਨ ਸਮਾਨ ਨਹੀਂ ਪੁੱਜਣ ਦਿੱਤਾ ਜਾ ਰਿਹਾ ਤੇ ਧਮਕੀਆਂ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਸਾਬਕ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਮੋਦੀ ਨੇ ਜੀਐਸਟੀ ਦੀ ਤਰ੍ਹਾਂ ਹੀ ਪੰਜਾਬ ਦੀ ਆਮਦਨ ਤੇ ਬਾਰਕੀਤਾ ਹੈ ਤੇ ਸਾਡਾ ਹੀ ਪੈਸਾ ਸਾਨੂੰ ਨਹੀਂ ਮੋੜ ਰਹੀ ਹੈ ਤੇ ਸਰਕਾਰ ਸਾਰਾ ਸਾਲ ਸਾਰਾ ਕੁਝ ਗਲਤ ਕਰੀ ਹੈ ਤੇ ਉਹਨਾਂ ਨੇ ਕਹਿ ਕੇ ਮੋਦੀ ਸਰਕਾਰ ਦੀ ਇਹ ਤੱਕੇਸ਼ਾਹੀ ਵੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਬੋਰਬਲ ਵਿੱਚ ਡਿੱਗਿਆ 3 ਸਾਲ ਦਾ ਬੱਚਾ ਫੋਏਬੀ ਬਚਾਅ ਅਭਿਆਨ ਵਿੱਚ ਲੱਗੇ ਮਾਧ ਪ੍ਰਦੇਸ਼ ਦੇ ਨਿਵਾੜੀ ਜ਼ਿਲ੍ਹੇ ਦੇ ਪ੍ਰਥਵੀਪੁਰ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ 3 ਸਾਲ ਦਾ ਬੱਚਾ ਬੂਰਵਲ ਵਿੱਚ ਡਿੱਗ ਗਿਆ। ਘਟਨਾ ਵਾਲੀ ਜਗ੍ਹਾ ਤੇ ਬਚਾਅ ਅਭਿਆਨ ਜਾਰੀ ਹੈ ਤੇ ਜਿਸ ਵਿੱਚ ਫੋਏ ਵੀ ਲੱਗੀ ਹੋਈ ਹੈ ਤੇ ਨਿਵਾੜੀ ਜ਼ਿਲ੍ਹੇ ਦੇ ਅਡੀਸ਼ਨਲ ਐਸਪੀ ਨੇ ਕਿਹਾ ਹੈ ਕਿ ਬਚਾਅ ਕਰਨ ਵਾਲੇ ਬੱਚੇ ਦੀ ਆਵਾਜ਼ ਸੁਣ ਸਕਦੇ ਹਨ ਤੇ ਮਾਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿਵਰਾਜ ਸਿੰਘ ਚਾਹਾਨ ਨੇ ਖੁਦ ਟਵੀਟ ਕਰਕੇ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਾਲ ਤੋਂ ਜਾਲ ਦਾ ਇਸ ਬੱਚੇ ਨੂੰ ਵਿਚਾਰਿਆ ਜਾਵੇਗਾ ਤੇ ਫੌਜ ਇਸ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਅਗਲੀ ਵੱਡੀ ਖਬਰ ਆ ਰਹੀ ਜੀ ਖੁਸ਼ਖਬਰੀ ਨਵੇਂ ਸਾਲ ਤੋਂ ਕੈਨੇਡਾ ਹਰ ਸਾਲ ਇੰਨੇ ਲੋਕਾਂ ਨੂੰ ਸੱਦੇਗਾ ਪੱਕੇ। ਦੋਸਤੋ ਕੈਨੇਡਾ ਸਰਕਾਰ ਨੇ ਆਰਥਿਕ ਸੁਧਾਰ ਅਤੇ ਵਿਕਾਸ ਨੂੰ ਰਫਤਾਰ ਦੇਣ ਲਈ ਦੇਸ਼ ਵਿੱਚ ਇਮੀਗ੍ਰੇਸ਼ਨ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਤੇ ਪਿਛਲੇ ਹਫ਼ਤੇ ਸਰਕਾਰ ਵੱਲੋਂ 2021-2023 ਲਈ ਇਮੀਗ੍ਰੇਸ਼ਨ پلان ਤਹਿਤ ਹਰ ਸਾਲ ਕੈਨੇਡਾ 4 ਲੱਖ ਤੋਂ ਵੱਧ ਲੋਕਾਂ ਨੂੰ ਪੱਕੇ ਨਿਵਾਸੀ ਬਣਾਏਗਾ ਤੇ ਇਸ ਵਿੱਚ 60% ਦੀ ਨਵੇਂ ਦਾਖਲੇ ਆਰਥਿਕ ਸ਼੍ਰੇਣੀ ਤੋਂ ਹੋਣਗੇ ਯਾਨੀ ਕਿ ਜੋ ਕੈਨੇਡਾ ਵਿੱਚ ਰੋਜ਼ਗਾਰ ਪੈਦਾ ਕਰਨ ਦਾ ਰੋਤਬਾ ਰੱਖਦੇ ਹਨ ਤੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨ ਮੰਤਰੀ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਨਾ ਸਿਰਫ ਮਹਾਮਾਰੀ ਕਾਰਨ ਹੋਏ ਨੁਕਸਾਨ 'ਚੋਂ ਬਾਹਰ ਨਿਕਲਣ ਲਈ ਮਦਦ ਕਰੇਗਾ ਸਗੋਂ ਛੋਟੀ ਮਿਆਦ ਵਿੱਚ ਆਰਥਿਕ ਸੁਧਾਰ ਤੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਲਈ ਵੀ ਜ਼ਰੂਰੀ ਹੈ। ਸੋ ਅਗਲੀ ਵੱਡੀ ਖਬਰ ਆ ਰਹੀ ਜੀ ਕਿਸਾਨਾਂ ਨੇ ਅਗਲੇ 15 ਦਿਨਾਂ ਲਈ ਰੇਲਵੇ ਲਾਈਨਾਂ ਖਾਲੀ ਕਰਨ ਦਾ ਕੀਤਾ ਵੱਡਾ ਐਲਾਨ। ਪੰਜਾਬ ਦੇ ਕਿਸਾਨ ਸੰਗਠਨਾ ਨੇ 20 ਨਵੰਬਰ ਤੱਕ ਰੇਲ 트랙ਾਂ ਤੋਂ ਧਾਰਨੇ ਹਟਾਉਣ ਦਾ ਫੈਸਲਾ ਕੀਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਰੇਲਵੇ ਸਟੇਸ਼ਨਾਂ ਤੋਂ ਵੀ ਧਾਰਨੇ ਹਟਾਏ ਜਾਣਗੇ ਤੇ ਸੰਗਠਨਾ ਨੇ ਇਹ ਫੈਸਲਾ ਬੁੱਧਵਾਰ ਨੂੰ ਕਿਸਾਨ ਭਵਨ ਵਿੱਚ ਹੋਈ ਬੈਠਕ ਵਿੱਚ ਕੀਤਾ ਹੈ ਤੇ ਕਿਸਾਨਾਂ ਨੇ ਕਿਹਾ ਕਿ ਕੱਲ ਭਾਰਤ ਬੰਦ ਯਾਨੀ ਕਿ ਅੱਜ 5 ਤਰੀਕ ਨੂੰ ਭਾਰਤ ਬੰਦ ਹੈ ਤੇ 12 ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ ਤੇ ਦੁਕਾਨਾਂ ਤੇ ਵਪਾਰਕ ادارے ਖੁੱਲੇ ਰਹਿਣਗੇ ਤੇ ਸੰਗਠਨਾ ਨੇ ਭਾਇਪਾ ਆਗੂਆਂ ਦਾ けਰਾਉ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਤੇ ਕਸਾਨਾ ਦੇ ਯਾਤਰੀ ਗੱਡੀਆਂ ਨਾ ਚੱਲਣ ਦੇਣ ਦਾ ਫੈਸਲਾ ਵੀ ਕੀਤਾ ਹੈ। ਅਗਲੀ ਵੱਡੀ ਖਬਰ ਆ ਰਹੀ ਜੀ ਜਲੰਧਰ ਤੋਂ ਫਲਾਈਓਵਰ ਤੇ ਪਾਲਟੀ ਕਾਰ ਸਟੇਰਿੰਗ ਜਾਮ ਹੋਣ ਕਾਰਨ ਵਾਪਰਿਆ ਹਾਦਸਾ। ਜਲੰਧਰ ਬੱਸ ਸਟੈਂਡ ਫਲਾਈਓਵਰ ਦੇ ਵੱਡੇ ਸੜਕ ਹਾਸੇ ਤੋਂ ਬਚਾ ਹੋ ਗਿਆ ਇੱਥੇ ਤਿੰਨ ਨੌਜਵਾਨ ਇੱਕ ਪੁਰਾਣੀ ਕਾਰ ਦੇ ਟਾਇਰਾਂ ਵਿੱਚ ਹਵਾ ਭਰਨ ਤੋਂ ਬਾਅਦ ਟਰਾਈ ਲਈ ਆਏ ਸਨ ਪਰ ਜਿਵੇਂ ਹੀ ਉਹ ਫਲਾਈਓਵਰ ਤੇ ਚੜੇ ਤਾਂ ਸਟੀering ਜਾਮ ਹੋ ਗਿਆ ਤੇ ਕਾਰ ਪਲਟ ਕੇ ਤੇ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਤਿੰਨੋਂ ਜਵਾਨ ਬਚ ਕੇ ਹਾਲਾਂਕਿ ਜ਼ਖਮੀ ਕੁਝ ਹੋ ਗਏ ਸੋ ਅਗਲੀ ਵੱਡੀ ਖਬਰ ਹੈ ਜੀ ਰਾਫੇਲ ਦੀ ਦੂਜੀ खेप ਭਾਰਤ ਪਹੁੰਚੀ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਹਰਾਉਣ ਵਿੱਚ ਮਿਲੇਗੀ ਮਦਦ ਭਾਰਤੀ ਹਵਾਈ ਫੌਜ ਨੂੰ ਹੋਰ ਮਜ਼ਬੂਤ ਬਣਾਉਣ ਲਈ ਬੁੱਧਵਾਰ ਨੂੰ ਤਿੰਨ ਹੋਰ ਰਾਫਲ ਲੜਾਕੂ ਜਹਾਜ਼ ਰਾਤ 8:14 ਤੇ ਭਾਰਤ ਪਹੁੰਚੇ ਤੇ ਇਹਨਾਂ ਜਹਾਜ਼ਾਂ ਦੇ ਪਹੁੰਚੇ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਵਿੱਚ ਹੋਰੇ ਜਾਫਾ ਹੋਇਆ ਤੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਵਿੱਚ ਹਰਾਉਣ ਵਿੱਚ ਮਦਦ ਮਿਲੇਗੀ ਤੇ ਫਰਾਂਸ ਤੋਂ ਉਡਾਨ ਭਰਨ ਤੋਂ ਬਾਅਦ ਤਿੰਨੇ ਰਾਫਲ ਜਹਾਜ਼ ਰਸਤੇ ਵਿੱਚ ਰੁਕੇ ਬਿਨਾ ਭਾਰਤ ਪਹੁੰਚੇ ਤੇ ਲੰਬੀ ਉਡਾਨ ਤੋਂ ਬਾਅਦ ਇਹ ਭਾਰਤ 8:14 ਵਜੇ ਪਹੁੰਚੇ ਅਤੇ ਭਾਰਤ ਨੇ ਫਰਾਂਸ ਤੋਂ 95000 ਕਰੋੜ ਰੁਪਏ ਦੇ 36 ਰਾਫਲ ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਹੈ। ਅਗਲੀ ਵੱਡੀ ਖਬਰ ਆ ਰਹੀ ਜੀ ਸਰਕਾਰੀ ਸਕੂਲਾਂ ਵਿੱਚ 14.20 ਕਰੋੜ ਰੁਪਏ ਦੀ ਲਾਗਤ ਨਾਲ 2240 ਪੱਖਾਨੇ ਗ੍ਰਾਂਟ ਜਾਰੀ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿੱਖਿਆ ਮੰਤਰੀ ਬੀ. ਜੇ. ਇੰਦਰ ਸਿੰਘਲਾ ਦੀ ਅਗਵਾਈ ਦੇ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਤਹਿਤ ਸਕੂਲਾਂ ਵਿੱਚ ਪਖਾਨਿਆਂ ਦਾ ਨਿਰਮਾਣ ਕਰਨ ਲਈ 14 ਕਰੋੜ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਜਿਸ ਵਿੱਚ 22 ਜ਼ਿਲ੍ਹਿਆਂ ਦੇ 2170 ਸਕੂਲਾਂ ਵਿੱਚ 2840 ਪਖਾਨੇ ਬਣਾਉਣ ਦੀ ਅਪਰੋਧਕ ਰਾਸ਼ੀ ਜਾਰੀ ਕੀਤੀ ਗਈ ਹੈ ਤੇ ਜਿਸ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ ਅਗਲੀ ਵੱਡੀ ਖਬਰ ਹੈ ਜੀ ਖੁਸ਼ਖਬਰੀ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦਾ ਇਸ਼ਤਿਹਾਰ ਜਾਣੋ ਅਪਲਾਈ ਕਰਨ ਦਾ ਢੰਗ ਅਤੇ ਬਧੇਰੇ ਜਾਣਕਾਰੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਮਲਟੀਪਲ ਹੈਲਥ ਵਰਕਰ ਦੀਆਂ ਅਸਾਮੀਆਂ ਤੇ ਭਾਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਤੇ ਇਸ ਇਸ਼ਤਿਹਾਰ ਮੁਤਾਬਕ ਕੁੱਲ 600 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਿਆ ਹਨ ਤੇ ਜਿਹੜੇ ਉਮੀਦਵਾਰ ਇਹਨਾਂ ਸਾਮਗਾਂ ਲਈ ਅਰਜੀ ਦੇਣ ਦੇ ਇਸ਼ਕ ਹਨ ਉਹ ਪੰਜਾਬ ਦੀ ਐਨ ਐਚ ਦੀ ਅਧਿਕਾਰਤ ਵੈਬਸਾਈਟ health.punjab.gov.in ਤੇ ਜਾ ਕੇ ਬਿਨੈ ਕਰ ਸਕਦੇ ਹਨ ਤੇ ਉਮੀਦਵਾਰਾਂ ਨੂੰ ਦੱਸਦੇ ਕਿ ਬਿਨੈ ਪੱਤਰ ਦੀ ਆਖਰੀ ਤਰੀਕ 7 ਨਵੰਬਰ 2020 ਤੈਅ ਕੀਤੀ ਗਈ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਰੋਜ਼ਾਨਾ ਦੇਸ਼ ਵਿੱਚ ਸੋਨੇ ਅਤੇ ਚਾਂਦੀਆਂ ਕੀਮਤਾਂ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲ ਰਹੀ ਅਤੇ ਜੇ ਗੱਲ ਕਰੀਏ ਅੱਜ ਆਪਾਂ ਸੋਨੇ ਦੇ 372 ਰੁਪਏ ਦੀ ਗਰਾਵਟ ਨਾਲ 51226 ਰੁਪਏ ਤੇ ਪ੍ਰਤੀ 10 ਗ੍ਰਾਮ ਤੇ ਆ ਗਿਆ ਹਨ ਤੇ ਉਧਰ ਚਾਂਦੀ ਦੀ ਗੱਲ ਕਰੀਏ ਤਾਂ 1317 ਰੁਪਏ ਦੀ ਗਰਾਵਟ ਨਾਲ 61368 ਰੁਪਏ ਪ੍ਰਤੀ 10 ਪ੍ਰਤੀ ਕਿਲੋਗ੍ਰam ਤੇ ਟ੍ਰੈਂਡ ਕਰਦਿਆਂ ਨਜ਼ਰ ਆ ਰਹੀਆਂ ਹਨ